ਨਵਜੋਤ ਸਿੰਘ ਸਿੱਧੂ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਜਫੀ ਨੇ ਜਿੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਖੜੀ ਕਰ ਦਿੱਤੀ ਹੈ ਤੇ ਉੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇੱਕ ਟਵੀਟ ਕੀਤਾ ਉਹਨਾਂ ਨੇ ਵੀ ਲਿਖ ਦਿੱਤਾ ਕਿ ਇਹ ਸਾਰੇ ਇੱਕੋ ਥਾਲੀ ਦੇ ਚੱਟੇ-ਬੱਟੇ ਨੇ ਇਹਨਾਂ ਨੇ ਟਵੀਟ ਕਰ ਮੋੜਮਾ ਜਵਾਬ ਦਿੱਤਾ ਹੈ ਬਿਕਰਮਜੀਤ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਦੀ ਭਾਈ ਜੱਫੀ ਨੂੰ ਉਹਨਾਂ ਨੇ ਕਿਹਾ ਕਿ ਜਦੋਂ ਜਰਨਲ ਰੋਇਰ ਨੂੰ ਰੋਟੀਆਂ ਖਵਾਉਣ ਵਾਲੇ ਧਾਰਮਿਕ ਸਥਾਨਾਂ ਤੇ ਟੈਕ ਚੜਵਾਉਣ ਵਾਲੇ ਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਵਾਉਣ ਵਾਲੇ ਤੇ ਦੇਸ਼ ਨੂੰ ਧਰਮ ਦੇ ਨਾਮ ਤੇ ਲੜਵਾਉਣ ਵਾਲੇ ਕਿਸਾਨ ਵਿਰੋਧੀ ਬਿੱਲ ਬਣਾਉਣ ਵਾਲੇ ਤੇ ਸਮਗਲਾਰਾਂ ਨੂੰ ਗੱਡੀ 'ਚ ਬਿਠਾਉਣ ਵਾਲੇ ਤੇ ਗੱਲ-ਗੱਲ ਤੇ ਤਾਲੀ ਠਕਾਉਣ ਵਾਲੇ ਸ਼ਹੀਦਾਂ ਦੀ ਯਾਦਗਾਰੀਆਂ ਤੋਂ ਪੈਸੇ ਕਮਾਉਣ ਵਾਲੇ ਹੋਵਣਾ ਸਾਰੇ ਇਕੱਠੇ ਇਹਨੂੰ ਕਹਿੰਦੇ ਨੇ ਇੱਕ ਥਾਲੀ ਦੇ ਚੱਟੇ ਵੱਟੇ ਤੇ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਜਫੀ ਦੇ ਉੱਤੇ ਟਵੀਟ ਕੀਤਾ ਕਿ ਜੋ ਇਹ ਜਫੀ ਹੈ ਉਹ ਕਿਹੜੇ ਕਿਹੜੇ ਲੋਕਾਂ ਨੇ ਪਾਈ ਹੈ ਕਿੰਨਾ ਲੋਕਾਂ ਨੇ ਬੇਅਦਬੀ ਕੀਤੀ ਹੈ ਤੇ ਕਿੰਨਾ ਲੋਕਾਂ ਨੇ ਜਿਹੜਾ ਹੈਗਾ ਟੈਂਕਰ ਜਿਹੜੇ ਚੜਾਏ ਗਏ ਨੇ ਤੇ ਉਹਨੇ ਟਵੀਟ ਕਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਜਵਾਬ ਦਿੱਤਾ ਕਿ ਜਿਹੜੇ ਲੋਕ ਇਸ ਤਰੀਕੇ ਦੀਆਂ ਗੱਲਾਂ ਕਰਦੇ ਸੀ ਉਹਨਾਂ ਨੂੰ ਪਗਮਨਤ ਸਿੰਘ ਮਾਨ ਦਾ ਜਵਾਬ ਆਇਆ ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਦੀ ਇਸ ਜਫੀ ਨੇ ਪੂਰੀ ਸਿਆਸਤ ਦੇ ਵਿੱਚ ਕਿਸਮਾਨ ਪੱਟ ਦਿੱਤਾ ਹੈ ਤੇ ਇਸ ਜਫੀ ਨੇ ਪੂਰੀ ਹਲਚਲ ਜੜੀ ਹੈਗੀ ਹੈ ਉਹ ਰਾਜਨੀਤਿਕ ਪਾਰਟੀ ਦੇ ਵਿੱਚ ਕਰ ਦਿੱਤੀ ਹੈ ਤੇ ਰਾਜਨੀਤਿਕ ਪਾਰਟੀਆਂ ਇਸ ਨੂੰ ਕਿਸ ਹੱਥੇ ਲੈ ਰਹੀਆਂ ਨੇ ਤੁਸੀਂ ਉਹ ਇਹ ਖੁਦ ਹੀ ਦੇਖ ਰਹੇ ਹੋ ਜਿੱਥੇ ਕਾਂਗਰਸ ਇਸ ਵਿਸ਼ੇ ਨੂੰ ਲੈ ਕੇ ਚੁੱਪ ਹੈ ਤੇ ਉੱਥੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰ ਇਸ ਜਫੀ ਦਾ ਜਵਾਬ ਦਿੱਤਾ